ਪੈਸੇ ਨੂੰ ਲਾਂਦਾ ਮੇਰੇ ਮੈਂ ਬੜਾ ਟੋਲੂ ਪਿਆ ਜੀ ਦੇਂਦਾ ਮੈਨੂੰ ਵੀ ਕੋਈ ਨੀ ਪਿਆ ਤੇ ਕੱਢੇ ਤੇਰੇ ਵਾਸਤੇ ਵੀ ਕੋਈ ਨੀ ਜੀ ਜੀ ਬਹੁਤ ਅੱਛਾ ਭਾਰ ਜੀ ਦਾਨਿਸ਼ ਭਾਰ ਜੀ ਬੜੀ ਅੱਛੀ ਸਪੀਡ ਜੀ ਇਹ ਜਿਹੜੀ ਨਵੀਂ ਪਨੀਰੀ ਲਾਈ ਹੈ ਨਾ ਜੀ ਫਾਨਾ ਕਬੱਡਰ ਜੀ ਸਾਮਾ ਗੋਲੀ ਜਾਪੀ ਜੀ ਫਾਨਾ ਕਬੱਡਰ ਜੀ ਫਾਨਾ ਫਾਨਾ ਬੀਲੂ ਤੇ ਕਮ ਸਾਮਾ ਗੋਲੀ ਗੋਲੀ ਐਸ ਪਰੋ ਦੀ ਨਹੀਂ 7 MM ਸਾਮਾ ਗੋਲੀ ਜਾਪੀ ਜੀ ਖਾਰੀਆਂ ਦੀ ਤਰਫ ਨਿੱਕੀ ਜੀ ਗੋਲੀ ਤੇ ਨਿੱਕਾ ਜੀ ਕਬੱਡਰ ਜੀ ਫਾਨਾ ਅਰਫਾਨਾ ਜੀ ਲਾਡ ਨਾਲ ਫਾਨਾ ਆਖਦੇ ਨੇ ਜੀ ਇਹ ਮਲੰਗੀ ਹੈ ਨਾ ਜਿਹੜਾ ਡਰਾਈਵਰ ਟਰੈਕਟਰ ਦਾ ਉਹਦਾ ਫਰਜ਼ੰਦ ਦੇ ਅਰਜਮਾਨ ਆਮਦ ਖਾਂ ਮਲੰਗੀ ਦਾ ਜੀ ਉਹ ਸਾਹਮਣੇ ਬੈਠੇ ਆ ਕਣਕ ਆਖਿਆ ਗੱਡ ਦੇ ਤੇ ਕਹਿੰਦਾ ਮੇਰੇ ਕੋਲ ਡਰਿੱਲ ਹੀ ਕੋਈ ਜੀ ਆ ਟਰੈਕਟਰ ਰੱਖਿਆ ਚੌਧਰੀ ਸਗੀਰ ਦਾ ਚੌਧਰੀ ਸਗੀਰ ਤੱਕੜ ਸਾਹਿਬ ਜੀ ਜੀ ਸਾਮਾ ਗੋਲੀ ਜੀ ਫਾਨਾ ਗੋਲੀ ਸਾਮਾ ਗੋਲੀ ਦੋਵੇਂ ਗੋਲੀਆਂ ਜੀ ਛੋਟੀਆਂ ਛੋਟੀਆਂ ਜੀ ਕਾਣਿਆਂ ਚ ਰੱਖਣ ਵਾਲੀਆਂ ਜੀ ਨਿਕਲ ਗਿਆ ਜੀ ਫਾਨਾ ਆਪਣੀ ਹੋਮ ਗਰਾਊਂਡ ਦੇ ਉੱਤੇ ਚੌਧਰੀ ਨਮਾਨ ਨਸੀਰ ਸਾਹਿਬ ਚੌਧਰੀ ਨਾਜ਼ਮ ਸਰਵਰ ਸਾਹਿਬ ਚੌਧਰੀ ਇਕਬਾਲ ਸਾਹਿਬ ਬਾਊ ਮਹਿਰ ਸਾਹਿਬ ਜੀ ਆ ਜੀ ਫਾਨੀ ਨਿੱਕੀ ਜੀ ਫਾਨੀ ਸਾਨੂੰ ਵਾਰੇ ਤੇ ਜੀ ਜਾਪੀਏ ਠੀਕ ਹੈ ਕਮਲਾ ਸ਼ਰੀਫ ਵਾਲੇ ਜੀ ਲੈਣ ਵਾਸਤੇ ਆ ਗਏ ਨੇ ਜੀ ਅੱਛੀ ਜੋੜੀ ਜੀ ਹਾਂ ਜੀ ਉਹ ਜਵਾਨਾ ਜੀ ਕੱਢ ਗਿਆ ਜੀ ਜੱਫਾ ਜੀ ਵਾਹ ਬਾਈ ਵਾਹ ਹਾਏ ਆ ਮੇਰਿਆ ਪੁੱਤਰਾ ਕਿਆ ਸਟਾਈਲ ਨੇ ਤੇਰੇ ਤਫਰੀ ਅਦਰਾ ਦਾ ਜ਼ਫਰ ਪੱਠਾ ਜਨਾਬ ਯੂਸਫ ਮੀਲੂ ਸਮੀ ਹੈ ਓਏ ਸਿਆਣਾ ਦੇ ਆ ਵੇ ਸਮੀ ਪੁੱਤਰਾ ਹਜ਼ਰਾ ਬੜਾ ਅੱਛਾ ਸਟੂਡੈਂਟ ਜਨਾਬ ਗਵਰਨਮੈਂਟ ਹਾਈ ਸਕੂਲ ਦਾ ਜੀ ਬੜਿਆ ਅੱਛਾ ਜੱਫਾ ਕਰ ਗਿਆ ਜੀ ਆਇਆ ਜੀ ਸ਼ਮਰੇਜ਼ੀ ਕਬੱਡਰ ਤੇ ਜਾਫੀ ਹੈ ਜਨਾਬ ਨਸਾਰ ਗੁੱਜਰ ਤਕੜਿਆ ਜਾਫੀ ਹੈ ਨਾ ਸ਼ਾਮਰ ਜੀ ਗੁੱਜਰ ਬੜਾ ਤਕੜਾ ਜਾਫੀ ਹੈ ਤੇ ਅੱਛਾ ਜੀ ਬੜਾ ਪੀਟਾ ਮੁਕਾਬਲਾ ਤਕੜਾ ਮੁਕਾਬਲਾ ਜੀ ਦੂਜੀਆਂ ਦੋਏ ਟੀਮਾਂ ਨਾਮਵਾਰ ਜੀ ਹਾਈਵੇ ਤੇ ਪਰਬਤ ਵਾਲੀ ਸਾਈਡ ਤੇ ਜੀ ਅੱਜ ਦਾ ਬੜਾ ਵੱਡਾ ਮੁਕਾਮ ਕੱਲ ਭਾਊ ਕੋਲ ਕਹਿੰਦੇ ਨੇ ਜੀ ਬੜਾ ਤੁੰਨ ਕੇ ਮੈਚ ਜਿੱਤਿਆ ਔਰ ਮਿਰਜ਼ਾ ਤਾਰ ਕੋਲੋਂ ਜਨਾਬ ਬਟੋੜ ਜਾਗੀਰ ਟੀਮ ਕਪਤਾਨ ਟੀਮ ਕੋਚ ਸ਼ਮਸ ਪਹਿਲਵਾਨ ਔਰ ਹਾਂਜ ਦੇ ਟੀਮ ਕੋਚ ਚੌਧਰੀ ਤਜਮਲ ਜ਼ਮਾਨ ਜੀ ਅੱਛੀ ਮਿਹਨਤ ਜੀ ਬੜੀਆਂ ਤਕੜੀਆਂ ਟੀਮਾਂ ਦੋਵੇਂ ਜੀ ਜਿਨ੍ਹਾਂ ਕੱਲ ਦਾ ਮੈਚ ਦੇਖਿਆ ਅੱਜ ਦਾ ਮੈਚ ਭਾਵੇਂ ਅੱਧੀ ਰਾਤੀ ਖਤਮ ਹੋਇਆ ਜ਼ਰੂਰ ਵੇਖਣ ਦੇ ਮੈਂ ਤੇ ਇੱਥੇ ਹੋਣਾ ਨਹੀਂ ਬਾਰ ਬਾਰ ਕਮਰੇ ਦੀ ਫੋਨ ਪੇ ਆਉਂਦੇ ਨੇ ਜੀ ਮੇਰੇ ਉਸਤਾਦ ਨਾਲ ਪਿਆਰੇ ਭਾਈ ਮੇਰਾ ਬਿਲਕੁਲ ਦਿਲ ਦਾ ਅਜ਼ੀਜ਼ ਦੋਸਤ ਹੈ ਜਨਾਬ ਮਾਸਟਰ ਨਵਾਜ਼ ਅਗਲਾ ਮੈਚ ਇਹ ਕਰਾਉਣ ਦੇ ਜੀ ਜੀ ਪੀਰ ਸਈਦ ਸ਼ਬੀਰ ਸ਼ਾਹ ਜੀ ਵਕਤ ਦੀ ਨਜ਼ਾਕਤ ਨੂੰ ਮਲੂਜ਼ ਦੇ ਖਾਤਰ ਆਖਿਆ ਉਹਦਾ ਕਮਲਾ ਬੜੀ ਦੂਰ ਹੈ ਹਾਂ ਜੀ ਸ਼ਮਰੇਜ਼ ਗੁੱਜਰ ਜਾਪੀ ਸ਼ਾਬਾਸ਼ ਤਕੜੀ ਜੋੜੀ ਹਾਂ ਜੀ 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 ਭਾਈ ਹਾਏ 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 ਧੂੜਾਂ ਤੁੰਮ ਗਈਆਂ ਜੀ ਹੰਗ ਗਿਆ ਜੀ ਹੰਗ ਗਿਆ ਬਿਲਕੁਲ ਹੰਗ ਗਿਆ ਹੋਰ ਜਿਹੜਾ ਬੰਦਾ ਨਾ ਮਾਰੇ ਤਾਰੀ ਖੁਦਾ ਦੀ ਕਸਮ ਹੋ ਗਈ ਅੱਲਾ ਵੀ ਨਾਰਾਜ਼ ਹੋਵੇਗਾ ਐਡੀ ਸੋਹਣੀ ਕੋਡੀ ਨਿਕੇ ਜੇ ਮੁੰਡੇ ਦੱਸੀ ਦਾ ਤੇ ਡਾਕੇ ਗ੍ਰਾਂਡ ਦੇ ਬਾਅਦ ਦੇਖ ਲਓ ਫਿਰ ਵੀ ਪੁਆਇੰਟ ਹਾਸਲ ਕਰ ਗਿਆ ਜੀ ਸ਼ਮਰੇਜ਼ੀ ਜੀ ਇਮਾਨ ਨਾਲ ਇਹ ਫਰੈਸ਼ ਹੋ ਕੇ ਦੇਖਣ ਵਾਲੀ ਗੇਮ ਹੈ ਇਹ ਕੁੱਡਿਆ ਹੋ ਕੇ ਦੇਖਣ ਵਾਲੀ ਗੇਮ ਨਹੀਂ ਘਰੋਂ ਬੰਦਾ ਰੁੱਸ ਜਾਵੇ ਤੇ ਆ ਕੇ ਕੋਡੀ ਤੇ ਬਹਿ ਰੇ ਜਿਸ ਤਰ੍ਹਾਂ ਜਨਾਬ ਵਾਲੀ ਬੰਦਾ ਆਇਰਾ ਵਾਲੇ ਢੂੰਡਦੇ ਨੇ ਉਹ ਕਹਿੰਦੇ ਨੇ ਬਾਹਰ ਸੜਿਆ ਤੇ ਯੂਨਾਨ ਆ ਜੀ ਨਹੀਂ 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 ਜੀ ਲੋੜੀ ਨਹੀਂ ਸਾਕਬ ਸ਼ਾਹ ਦਾਨਿਸ਼ ਭੱਟ ਜੀ ਦਾਨਿਸ਼ ਭੱਟ
ਬੱਟਾਂ ਦੀ ਬਰਾਦਰੀ ਖਾਰੀਆਂ ਦੀ ਦੁਨੀਆ ਚ ਬੱਟਾਂ ਦਾ ਬੜਾ ਵੱਡਾ ਮਕਾਮ ਜੀ ਕਬੱਡੀ ਦੀ ਦੁਨੀਆ ਚ ਰਸ਼ੀਦ ਭੱਟ ਨਾਮੀ ਭੱਟ ਕਾਸਮ ਭੱਟ ਅਜ਼ਰ ਭੱਟ ਬੜੇ ਬੜੇ ਜਨਾਬ ਪਲੇਅਰ ਗੁਜ਼ਰੇ ਨਿਖਾਰੀਆਂ ਦੀ ਦੁਨੀਆ ਤੋਂ ਸ਼ਬੀਰ ਪੱਟੀ ਸਾਹਿਬ ਦੀ ਜ਼ੇਰੇ ਨਗਰਾਨੀ ਗੌਰਮੈਂਟ ਦੀਆਂ ਚੰਡੀਆਂ ਟੀਮਾਂ ਜੀ ਸਕੂਲ ਦੇ ਵਿੱਚ ਜਨਾਬ ਪੂਰੀ ਕੋਚਿੰਗ ਸ਼ਬੀਰ ਪੱਟੀ ਸਾਹਿਬ ਇੰਟਰਨੈਸ਼ਨਲ ਰੈਫਰੀ ਮੇਰੇ ਕੋਲ ਮੌਜੂਦ ਜੀ ਖਾਰੀਆਂ ਦੀ ਸਰਜ਼ਮੀਨ ਦੇ ਮੇਰੇ ਪਿਆਰੇ ਹਾਏ 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 ਹੋਰ ਤੇ ਵੱਢ ਕੇ ਲਾਣਾ ਕਿਸੇ ਜੀ ਜੀ ਹੈਲੋ ਜੀ ਆ ਸ਼ਾਕਬਾ ਸ਼ਾਕਬ ਸ਼ਾਹ ਡਾਡੇ ਜੱਫੇ ਬੰਦੇ ਅਰਜਮੰਦ ਜੀ ਕਬੱਡਰ ਜਾਫੀ ਹੈ ਜਨਾਬ ਨਦੀਮ ਜੀ ਖਾਰੀਆਂ ਦੇ ਰਹਿਣ ਵਾਲਾ ਨਦੀਮ ਚੌਧਰੀ ਵਕਾਸ ਮੀਲੂ ਮੈਂਬਰ ਸਰਦਾਰ ਖਾਂ ਸਾਰੇ ਬੰਦੇ ਜਾਣਦੇ ਨੇ ਜੀ ਬਹੁਤ ਵੱਡੇ ਰਊਫ ਸਾਹਿਬ ਜੀ ਨਾ ਸ਼ਮਾਰ ਜੀ ਸਰਦਾਰ ਖਾਂ ਮੈਂਬਰ ਦੇ ਫਰਜ਼ੰਦ ਦੇ ਅਰਜਮੰਦ ਜੀ ਚੌਧਰੀ ਵਕਾਰ ਮੀਲੂ ਵਕਾਸ ਮੀਲੂ ਜੀ ਕਬੱਡਰ ਅੱਛੀ ਜੋੜੀ ਜੀ ਦੂਜੀ ਆ ਦੋਵੇਂ ਟੀਮਾਂ ਜਲਦੀ ਕਰੋ ਜੀ ਕਿੱਟ ਕਰਨ ਤੋਂ ਬਾਅਦ ਫੌਰਨ ਮੈਚ ਖਤਮ ਹੋਣ ਦੀ ਪਹਿਲੇ ਪਹਿਲੇ ਜੀ ਗਰਾਊਂਡ ਵਿੱਚ ਚੌਧਰੀ ਤਜਮਲ ਜਵਾਨ ਜੀ ਟੀਮ ਕੋਚ ਹਾਂਜ ਸ਼ਮਸ ਪਹਿਲਵਾਨ ਜੀ ਟੀਮ ਕੋਚ ਵਟੋਰ ਜਨਾਬ ਜਗੀਰ ਟੀਮ ਕਪਤਾਨ ਆਜਾਜ਼ ਉਰਫ ਜਾਜ਼ੀ ਟੀਮ ਕਪਤਾਨ ਆਪਣੀਆਂ ਟੀਮਾਂ ਨੂੰ ਕਿੱਟ ਕਰਾ ਚੁੱਕੇ ਹੋ ਜਨਾਬ ਵਾਰਮ ਅਪ ਕਰਕੇ ਫੌਰਨ ਟੀਮਾਂ ਗਰਾਊਂਡ ਵਿੱਚ ਉਤਾਰਦੀਆਂ ਨੇ ਜੀ ਬਿਸਮਿਲਲਾ ਜੀ ਜਲਦੀ ਆਉਂਦੀ ਹੈ ਨਾ ਜੀ ਬੜੀ ਬੜੀ ਮਿਹਰਬਾਨੀ ਜਨਾਬ ਨੇ ਜਨਾਬ ਹੌਸਲਾ ਅਫਜ਼ਾਈ ਕਰਦੇ ਹੋਏ ਸਰ ਜ਼ਮੀਨ ਤੁੰਨੀ ਸ਼ਰੀਫ ਦੇ ਉੱਤੇ ਜਨਾਬ ਤਸ਼ਰੀਫ ਲਿਆਂਦੀ ਚੌਧਰੀ ਨਾਜ਼ਮ ਸਰਵਰ ਸਾਹਿਬ ਚੌਧਰੀ ਨਮਾਦ ਨਸੀਰ ਸਾਹਿਬ ਹਾਂ ਜੀ ਹੱਥ ਲੱਗਾ ਜੀ ਹਾਂ ਵਿਕਾਸੀ ਹਾਏ ਹਾਂ ਮੇਰੇ ਅੱਲਾ ਤੇਰੇ ਦੁੱਖ ਨਾ ਵੇਖਾਂ ਸ਼ਾਲਾ ਜੀਨਿਆ ਜੀ ਬੜਾ ਪੁੱਤਰ ਕਿੱਲਾ ਜੀ ਅਗਰ ਅੱਜ ਨੱਸ ਜਾਏ ਨਾ ਤੇ ਮੈਂ ਅੱਜ ਦਾ ਭੁੱਲਣਾ ਹੀ ਉਹਦੇ ਨਾਲ ਸਰਦਾਰ ਖਾਂ ਮੀਲੂ ਨਾਲ ਆਹ ਸਰਦਾਰ ਮੀਲੂ ਬਰਾਦਰੀ ਦੀ ਚਸ਼ਮੋ ਚਿਰਾਗ ਸੋਹਣਾ ਗੁੱਚਾ ਤੁਹਾਡੇ ਮੈਂਬਰ ਦਾ ਮੁੜਾ ਵੇਖੋ ਦਿਸਣੀਆਂ ਉਹਦੀਆਂ ਆਹ ਮੀਲੂ ਬਰਾਦਰਾਂ ਦਾ ਦੂਰੇ ਚਸ਼ਮ ਜੀ ਚੌਧਰੀ ਨਾਜ਼ਮ ਸਰਵਰ ਦੁਬਾਰਾ ਜਨਾਬ ਸੱਟ ਮਾਰਨ ਤੋਂ ਬਾਅਦ ਧਰਤੀ ਹਿਲਾਉਣ ਤੋਂ ਬਾਅਦ ਪੁਆਇੰਟ ਹਾਸਲ ਕਰਨ ਤੋਂ ਬਾਅਦ ਬਖੈਰ ਵਫੀਅਤ ਜਨਾਬ ਪੁਆਇੰਟ ਹਾਸਲ ਕਰਕੇ ਜੀ ਆਇਆ ਜੀ ਜ਼ਫਰ ਜਾਫੀ ਅਦੀਬ ਬਾਰੇ ਤੇ ਯੂਸਫ ਮੀਲੂ ਦਾ ਨਫਰ ਮੀਲੂ ਔਰਫ ਜ਼ਫਰੀ ਆਪ ਕੋਲੋਂ ਔਰ ਚੌਧਰੀ ਦੇ ਸਾਹਿਬ ਔਰ ਉਹਨਾਂ ਦੇ ਨਾਲ ਜਿਤਨੇ ਸਾਥੀ ਨੇ ਜਨਾਬ ਪੀਰ ਸੈਯਦ ਫਜ਼ਲ ਅਬਾਸ ਜੀ ਅਦੀਬ ਕਬੱਡਰ ਜੀ ਜ਼ਫਰ ਮੀਲੂ ਜਾਪੀ ਜੀ ਆ ਪਹਿਲਵਾਨ ਪੱਠੇ ਹੀ ਆਖਦੇ ਨੇ ਜੀ 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 ਅਗੜੀਆਂ ਦੋਵੇਂ ਤਗੜੀਆਂ ਟੀਮਾਂ ਜਿਹਨਾਂ ਪਾਕਿਸਤਾਨ ਔਰ ਇੰਡੀਆ ਦਾ ਮੈਚ ਦੇਖਣਾ ਹੋਵੇ ਉਹ ਬੰਦਾ ਕੋਈ ਹੱਲੇ ਨਾ ਜੀ ਥਾਂ ਦੀ ਹਾਂ ਜੀ ਹੱਥ ਲੱਗਾ ਜੀ ਅਦੀਬ ਦਾ ਜ਼ਫਰੀ ਜ਼ਫਰ ਮੀਲੂ ਜੀ ਕਾਸ਼ਮਕਾਸ਼ ਜਾਰੀ ਜੀ ਜੀ ਵਾਹ ਬਾਈ ਵਾਹ ਬਾਈ ਵਾਹ ਜ਼ਫਰੀ ਆਹ ਮੀਲੂ ਆ ਪੁੱਤਰ ਜਰਾ ਜੀ ਜ਼ਾਇਦ ਮੀਲੂ ਨੇ ਫਾਨਾ ਗੋਲੀ ਜੀ ਮੇਰੇ ਕੋਲ ਨਹਾਇਤ ਹੀ ਪਿਆਰੇ ਪਿਆਰੇ ਮੇਰੇ ਦੋਸਤ ਮਾਸਟਰ ਮੁਹੰਮਦ ਨਵਾਜ਼ ਸਾਹਿਬ ਦੁਨੀਆ ਅਨੌਸਰੀ ਦੇ ਬੇਤਾਜ ਬਾਦਸ਼ਾਹ ਅਗਲਾ ਮੈਚ ਇਹ ਗਰਾਂਡ ਦੇ ਮੈਂ ਉਹ ਕਬਲਾ ਸ਼ਰੀਫ ਪਹੁੰਚਣਾ ਜੀ ਜੀ ਕਿਆ ਫਾਨਾ ਜੀ ਨਸ ਨਸ ਭਾਲੇ ਨਾ ਉਹਦਾ ਤੇਰੇ ਸਦਕੇ ਜੀ ਜੀ ਫਾਨਿਆ ਵਾਹ ਵਾਹ ਬਾਈ ਵਾਹ ਬੋਲੀ ਲਓ ਜੀ ਮੈਚ ਵਿਨ ਕੀਤਾ ਜਨਾਬ ਚੁੰਨੀ ਸ਼ਰੀਫ ਨਹੀਂ ਮੈਚ ਅੱਛਾ ਇਹ ਸ਼ੁਕਰੀ ਜੀ ਜੀ ਮੈਚ ਵਿਨ ਹੋ ਗਿਆ ਜੀ ਤੁਸੀਂ ਵਿਨ ਕਰ ਗਈ ਅਗਲੀਆਂ ਦੋਵਾਂ ਟੀਮਾਂ ਦੀ ਜਿਹੜੀ ਟੀਮ ਵਿਨ ਕਰੇਗੀ ਉਹਦੇ ਨਾਲ ਕੱਲ੍ਹ ਠੀਕ ਟਾਈ ਹੈਲੋ 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 ਬਿਸਮਿਲਲਾ ਰਹਿਮਾਨ ਰਹਿਮ ਸ਼ਾਇਦੀ ਨਗਰਾਤ ਦੂਸਰਾ ਸਾਲਾਨਾ ਚੌਧਰੀ ਮੁਹੰਮਦ ਯਾਕੂਬ ਮੀਲੂ ਮੈਮੋਰੀਅਲ ਤਮਾਚੇਦਾਰ ਕਬੱਡੀ ਟੂਰਨਾਮੈਂਟ ਬਾਮੁਕਾਮ ਦੋਨੇ ਟੀਮ ਕੋਚ ਨੂੰ ਚੌਧਰੀ ਨਾਜ਼ਮ ਸਰਵਰ ਸਾਹਿਬ ਨੂੰ ਉਹਨਾਂ ਦੀ ਪੂਰੀ ਸੰਗਤ ਨੂੰ ਦਿਲੀ ਤੌਰ ਤੇ ਮੁਬਾਰਕਬਾਦ
ਕਰਕੇ ਇੱਕ ਵਾਰੀ ਗੁਜਰਾ ਦੀ ਟੀਮ ਦੇ ਫਾਈਨਲ ਤੇ ਪਹੁੰਚ ਗਏ। ਮੀਨੂ ਬਰਾਦਰਾਂ ਦੇ ਗੁਜਰ ਕਬੱਡੀ ਕਲੱਬ ਨੂੰ ਫਾਈਨਲ ਤੇ ਪਹੁੰਚ ਗਏ। ਜੇ ਕਬੀਲਾ ਮੈਚ ਉੱਤੇ ਪਹੁੰਚੇਗਾ ਤੂੰ ਇਨਸ਼ਾਅੱਲਾ। ਬੜੀ ਮਿਹਰਬਾਨੀ ਜੀ ਚੌਧਰੀ ਮੁਹੰਮਦ ਯਾਕੂਬ ਮੀਲੂ ਮੈਮੋਰੀਅਲ ਤਮਾਚੇਦਾਰ ਕਬੱਡੀ ਟੂਰਨਾਮੈਂਟ ਦੂਸਰਾ ਦਿਨ ਸੈਮੀ ਫਾਈਨਲ ਨੰਬਰ ਦੋ ਚੌਧਰੀ ਅਮਜਦ ਅਲੀ ਨਜਾ ਸਾਹਿਬ ਚੌਧਰੀ ਅਬਦੁਲ ਮਾਲਕ ਸਾਹਿਬ ਦਿਲੀ ਮੁਬਾਰਕਬਾਦ ਚੌਧਰੀ ਨਾਜ਼ਮ ਸਰਵਰ ਸਾਹਿਬ ਚੌਧਰੀ ਸਰਵਰ ਸਾਹਿਬ ਦੇ ਫਰਜ਼ੰਦਾ ਅਰਜਮਾ ਚੌਧਰੀ ਅਮਜਦ ਅਲੀ ਅਲ ਮਰੂਫ ਨਜਾ ਮੀਲੂ ਆਪਣੇ ਦਸਤੇ ਮੁਬਾਰਕ ਦੇ ਨਾਲ ਜੀ ਮੁਬਾਰਕਬਾਦ ਚੌਧਰੀ ਜ਼ਾਦ ਮੀਲੂ ਚੌਧਰੀ ਨਜਾ ਮੀਲੂ ਸਾਹਿਬ ਮੁਬਾਰਕਾਂ ਜੀ ਮੀਲੂ ਬਰਾਦਰਾਂ ਨੂੰ ਜੀ। ਟੀਮ ਪਹੁੰਚ ਗਈ ਫਾਈਨਲ ਵਿੱਚ ਕੱਲ ਕਾਂਟੇਦਾਰ ਮੈਚ ਠੀਕ 2:30 ਵਜੇ ਇਨਸ਼ਾਅੱਲਾ ਅਜ਼ੀਜ਼ ਚੌਧਰੀ ਮਾਲਕ ਸਾਹਿਬ ਦੀ ਮੌਜੂਦਗੀ ਵਿੱਚ ਨਾਲ ਚੌਧਰੀ ਨਾਜ਼ਮ ਸਰਵਰ ਸਾਹਿਬ ਆਪਣੇ ਦਸਤੇ ਮੁਬਾਰਕ ਦੇ ਨਾਲ ਸਾਕਬ ਸ਼ਾਹ ਨੂੰ ਖੂਬਸੂਰਤ ਟਰਾਫੀ ਔਰ ਟੀਮ ਕਪਤਾਨ ਖਾਰੀਆਂ ਅਲੀ ਭੱਟ ਜੀ ਖੜੇ ਪਹਿਲਵਾਨ ਦਾ ਸਾਹਿਬਜ਼ਾਦਾ ਜੀ ਦਮਾਨ ਟੀਮ ਦਾ ਕੋਚ ਜੀ ਪਹਿਲਵਾਨ ਦਾ ਲੋ ਜੀ ਤੇ ਜੰਮਲ ਦਮਾਨ ਟੀਮ ਲੈ ਕੇ ਦਾਖਲ ਹੋਇਆ ਗਰਾਊਂਡ ਵਿੱਚ ਤੇ ਸ਼ਾਇਕੀਨ ਹਜ਼ਰਤ ਜਿਸ ਤਰ੍ਹਾਂ ਸ਼ਾਹ ਨੇ ਕਿਹਾ ਨਾ ਕਿ ਜਿੱਥੋਂ ਜਿੱਥੋਂ ਟੀਮ ਗੁਜ਼ਰੇ